ਤੁਸੀਂ ਦੀਪ ਮੈਨੂੰ ਇੱਕ ਗੱਲ ਦੱਸੋ, ਤੁਸੀਂ ਜੋ ਲਾਲ ਕਿਲੇ ਤੇ ਜਾ ਕੇ ਕੀਤਾ, ਤੁਹਾਡੀ ਜੋ ਉੱਥੇ ਮੌਜੂਦਗੀ ਸੀ ਉਹ ਠੀਕ ਸੀਗਾ ਸਭ ਕੁਝ? ਤੁਸੀਂ ਅੱਜ ਜਸਟੀਫਾਈ ਕਰਦੇ ਹੋ ਉਹਨੂੰ ਕਿ ਉਹ ਐਕਸ਼ਨ ਮੇਰਾ ਠੀਕ ਸੀ? ਬਿਲਕੁਲ ਜੀ, ਇਹਦੇ 'ਚ ਗਲਤ ਦੱਸੋ ਕੀ ਹੋਇਆ ਜੀ। ਮੈਂ ਉੱਥੇ ਗਿਆ 2 ਵਜੇ, 2 ਵਜੇ ਪ੍ਰਚਾਰਿਆ ਕੀ ਗਿਆ, ਦੀਪ ਸਿੱਧੂ ਤਾਂ ਸਵੇਰੇ ਹੀ ਉੱਥੇ ਪਹੁੰਚ ਗਿਆ ਸੀ। ਔਰ ਇਹ ਤਾਂ ਹੁਣ ਸਬੂਤਾਂ ਦੇ ਆਧਾਰ 'ਤੇ, ਜਾਂ ਤੁਸੀਂ ਇਹ ਕਹਿ ਲਓ ਮੇਰੇ ਜਿਹੜੇ ਉੱਥੇ ਮੇਰੇ ਕੋਲ ਆਪਦੇ ਸਬੂਤ ਪਏ ਆ, ਮੇਰੇ ਮੋਬਾਈਲ ਲੋਕੇਸ਼ਨਸ ਪਈਆਂ, ਅਸੀਂ ਗੂਗਲ ਮੈਪ 'ਤੇ ਜਿਹੜਾ ਰਾਹ ਲੱਭ ਗਏ ਹਾਂ, ਉਹ ਸਭ ਕੁਛ ਪਿਆ, ਕਿੰਨੇ ਵਜੇ ਪਹੁੰਚਿਆ, ਲਾਸਟ ਫੋਨ ਮੈਂ ਘਰੇ ਕੀਤਾ ਉੱਥੇ ਜਾ ਕੇ। ਤੁਹਾਨੂੰ ਲੱਗਦਾ ਹੈ ਕਿ ਲਾਲ ਕਿਲੇ 'ਤੇ ਜਾ ਕੇ ਤੁਸੀਂ ਜੋ ਹਾਸਿਲ ਕਰਨਾ ਚਾਹੁੰਦੇ ਸੀ ਉਹ ਹਾਸਿਲ ਕਰ ਲਿਆ? ਦੀਪ ਸਿੱਧੂ ਲਾਲ ਕਿਲੇ 'ਤੇ ਇੱਕ ਪਾਰਟਿਸਪੈਂਟ ਦੀ ਤਰ੍ਹਾਂ ਗਿਆ ਸੀ, ਉਵੇਂ ਜਿਵੇਂ ਹਜ਼ਾਰਾਂ ਪਾਰਟਿਸਪੈਂਟ ਗਏ ਸੀ। ਉੱਥੇ ਹਾਸਿਲ ਕੀ ਕਰਨਾ ਸੀ ਅਸੀਂ? ਲੀਡਰਸ਼ਿਪ ਫੇਲੀਅਰ ਦੀ ਗੱਲ ਦੱਸਦਾ ਮੈਂ ਤੁਹਾਨੂੰ, ਔਰ ਇਹਦਾ ਐਗਜ਼ਾਮਪਲ ਦੇਣਾ ਮੈਂ ਤੁਹਾਨੂੰ ਇਤਿਹਾਸ 'ਚੋਂ। ਲਾਲ ਕਿਲੇ 'ਤੇ ਚਾਹੇ ਤੁਹਾਡਾ ਲੀਡਰ ਸੀ ਕੌਣ ਉੱਥੇ, ਉਹਦਾ ਨਾਂ ਤਾਂ ਦੱਸ ਦਿਓ ਜਿਹਦਾ ਫੇਲੀਅਰ ਰਿਹਾ। ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਫੇਲੀਅਰ ਹੈ। ਲੇਕਿਨ ਸੰਯੁਕਤ ਮੋਰਚੇ ਨੇ ਤਾਂ ਤੁਹਾਨੂੰ ਕਦੀ ਆਪਣੀ ਸਟੇਜ ਤੇ ਜਗ੍ਹਾ ਹੀ ਨਹੀਂ ਦਿੱਤੀ, ਮੈਨੂੰ ਨਹੀਂ ਦਿੱਤੀ, ਕਦੀ ਸ਼ਮੂਲੀਅਤ ਨਹੀਂ ਦਿੱਤੀ, ਮੈਨੂੰ ਨਹੀਂ ਦਿੱਤੀ। ਉਹ ਲੋਕ ਤਾਂ ਲੋਕ ਗਿਲਾ ਕਰਨ ਨਾ ਸੰਯੁਕਤ ਮੋਰਚਾ ਨਾਲ। ਨਹੀਂ ਨਹੀਂ, ਇੱਕ ਮਿੰਟ, ਤੇ ਮੈਂ ਕਿੰਨਾ ਚੋਂ ਉਹਨਾਂ ਲੋਕਾਂ ਚੋਂ ਹੀ ਆ ਨਾ। ਨਹੀਂ, ਤੁਸੀਂ ਤਾਂ ਉਹਨਾਂ ਦੀ ਲੀਡਰੀ ਕਰਨ ਲੱਗ ਗਏ। ਨਹੀਂ, ਲੀਡਰੀ ਲੋਕੀ ਉਹਨਾਂ ਨੂੰ ਕਹਿੰਦੇ ਨਾ, ਤੁਸੀਂ ਕਿਉਂ ਨਹੀਂ ਲੈ ਕੇ ਗਏ? ਬਾਈ ਜੀ, ਮੈਂ ਲੀਡਰੀ ਨਹੀਂ ਕਰਨ ਲੱਗਿਆ, ਉਹਨਾਂ ਨੇ ਮੈਨੂੰ ਲੀਡਰ ਬਣਾਇਆ ਉੱਥੇ ਕਿਸਾਨ ਅੰਦੋਲਨ 'ਚ। ਜਿੰਨੇ ਹਜ਼ਾਰਾਂ ਬੰਦੇ, ਇੱਕ ਦੀਪ ਸਿੱਧੂ ਨੂੰ ਸਾਈਡ 'ਤੇ ਰੱਖ ਦਿਓ, ਤੁਸੀਂ ਇੱਕ ਬੰਦੇ ਨੂੰ ਅੱਗੇ ਰੱਖ ਕੇ ਸਭ ਕੁਛ ਦੇਖ ਰਹੇ ਹੋ ਨਾ, ਉਸ ਦਿਨ ਦਾ ਇੰਸੀਡੈਂਟ ਇੱਕ ਵਾਰੀ ਇਹਨੂੰ ਸਾਈਡ 'ਤੇ ਰੱਖੋ। ਹਜ਼ਾਰਾਂ ਬੰਦੇ ਉੱਥੇ ਪਹੁੰਚੇ ਆ, ਲੱਖਾਂ ਬੰਦੇ ਪਹੁੰਚੇ ਆ, ਸਾਰਾ ਦਿਨ ਬੈਠੇ ਰਹੇ। ਵਾਇਲੈਂਸ ਠੀਕ ਹੈ? ਨਹੀਂ, ਵਾਇਲੈਂਸ ਠੀਕ ਹੈ? ਨਹੀਂ, ਵਾਇਲੈਂਸ ਬਿਲਕੁਲ ਠੀਕ ਨਹੀਂ ਹੈ। ਇੱਕ ਕਿਸਾਨ ਦੀ ਡੈਥ ਹੋ ਗਈ, ਹਾਂਜੀ, ਪੁਲਿਸ ਵਾਲਿਆਂ ਦੇ ਸੱਟਾਂ ਵੱਜੀਆਂ, ਨਾਰਮਲ ਬੰਦਿਆਂ ਦੇ ਸੱਟਾਂ ਵੱਜੀਆਂ, ਜਗ੍ਹਾ ਜਗ੍ਹਾ ਜੋ ਕੁਝ ਉੱਥੇ ਲਾਈਵ ਟੈਲੀਕਾਸਟ ਹੋਇਆ, ਜੋ ਗੱਡੀਆਂ ਭੰਨੀਆਂ ਗਈਆਂ, ਹਾਂਜੀ, ਉਹ ਠੀਕ ਸੀਗਾ? ਨਹੀਂ, ਬਿਲਕੁਲ ਠੀਕ ਨਹੀਂ। ਕੀ ਵਿਦੇਸ਼ ਦੀਪ ਸਿੱਧੂ, ਦੀਪ ਸਿੱਧੂ ਉਹਦਾ ਪਾਰਟ ਸੀਗਾ? ਦੀਪ ਸਿੱਧੂ ਦੇ ਤੁਸੀਂ ਬਿਆਨ ਸੁਣੇ ਆ ਉੱਥੇ? ਇਹਦਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਉੱਥੇ ਵੀਡੀਓ ਲਾਈਵ ਕਰ ਰਿਹਾ ਸੀ। ਵੀਡੀਓ ਲਾਈਵ ਕਰਨ ਦਾ ਮਤਲਬ ਇਹ ਨਹੀਂ ਲੋਕਾਂ ਨੂੰ ਭੜਕਾਤਾ ਤੇ ਵਾਇਲੈਂਸ 'ਚ ਪਾਰਟ ਲਿਆ ਉਹਨੇ, ਦੀਪ ਸਿੱਧੂ ਉਸ ਵੀਡੀਓ ਨੂੰ ਲਾਈਵ ਕਰ ਰਿਹਾ ਸੀ। ਤੁਸੀਂ ਮੰਨਦੇ ਹੋ ਇਹ ਗਲਤੀ ਸੀ ਨਾ ਉਹ ਵੀਡੀਓ ਬਣਾਉਣਾ? ਬਿਲਕੁਲ ਗਲਤੀ ਨਹੀਂ ਸੀ। ਮੈਨੂੰ ਇੱਕ ਗੱਲ ਦੱਸੋ, ਇੰਨਾ ਇਤਿਹਾਸਿਕ ਪਲ, ਉਸ ਇਤਿਹਾਸਿਕ ਪਲ ਨੂੰ ਅਸੀਂ ਹਿੰਸਾ ਨੂੰ ਤੁਸੀਂ ਇਤਿਹਾਸਿਕ ਕਹਿੰਦੇ? ਨਹੀਂ, ਹਿੰਸਾ ਦੀ ਗੱਲ ਕੌਣ ਕਰ ਰਿਹਾ? ਹਿੰਸਾ ਨੂੰ ਇਤਿਹਾਸਿਕ ਕਹਿੰਦੇ? ਨਹੀਂ, ਹਿੰਸਾ ਜਦੋਂ ਤੱਕ ਉਹ ਵੀਡੀਓ ਲਾਈਵ ਹੋਇਆ, 2:04 ਤੇ ਉਹ ਵੀਡੀਓ ਲਾਈਵ ਹੋ ਰਿਹਾ, ਜਾਂ 2:08 ਤੁਸੀਂ ਇੱਕ ਜਗ੍ਹਾ ਦੱਸ ਦਿਓ ਨਾ ਜਿੱਥੇ ਹੱਲ ਹੋਇਆ ਜੀ। ਤੁਸੀਂ ਹਿੰਸਾ ਦੀ ਗੱਲ ਕਿਉਂ ਕਰ ਰਹੇ ਹੋ? ਜਦੋਂ ਹਿੰਸਾ ਹੋਈ, ਦੀਪ ਸਿੱਧੂ ਪ੍ਰੈਜ਼ੈਂਟ ਹੀ ਨਹੀਂ ਹੈ ਉੱਥੇ। ਕਦੀ ਵੀ ਅੰਦੋਲਨ 'ਚ ਦੀਪ ਸਿੱਧੂ ਦੇ ਵਰਡਸ ਲਾਲ ਤਾਕਤ ਔਰ ਭੀੜ ਨੂੰ ਗਲਤ ਜਗ੍ਹਾ ਇਸਤੇਮਾਲ ਕਰਨਾ, ਇਹ ਸਹੀ ਨਹੀਂ ਠਹਿਰਾਇਆ ਜਾ ਸਕਦਾ। ਪਰ ਉਹ ਕੀਤਾ ਨਹੀਂ, ਤੁਹਾਨੂੰ ਫੈਕਟ ਤਾਂ ਪਤਾ ਕਰੋ ਨਾ, ਤੁਸੀਂ ਪਰਸੈਪਸ਼ਨ। ਮੈਂ ਦੇਖ ਰਿਹਾ ਸੀ ਸਭ ਕੁਝ। ਇੱਕ ਗੱਲ ਸੁਣੋ, ਮੈਂ ਦੇਖ ਰਿਹਾ ਸੀ ਫੈਕਟਸ ਪਤਾ ਕਰਨ ਦੀ ਗੱਲ ਨਹੀਂ ਹੈ। ਫਿਰ ਤੁਹਾਡੀਆਂ ਅੱਖਾਂ ਅੱਗੇ ਪੁਲਿਸ ਵਾਲੇ ਨਾਲੇ ਚਾਹੀਦਾ ਸੀ, ਉਹ ਆਇਆ ਨਹੀਂ। ਪੁਲਿਸ ਵਾਲੇ ਸਾਈਡ ਤੇ ਬੈਠੇ ਆ, ਉਹ ਨਾਲਿਆਂ 'ਚ ਕੁਦਰੇ। ਉਹ ਤਾਂ ਬਹੁਤ ਗਲਤ ਗੱਲ ਆ। ਕਿਉਂ ਕੁਦਰੇ? ਉਹ ਤਾਂ ਬਹੁਤ ਗਲਤ ਗੱਲ ਹੋਈ ਹੈ। ਉਹ ਕਹਿ ਦੂਗਾ ਤੁਹਾਨੂੰ ਜਾਂ ਸਾਨੂੰ ਕੀ ਇਹ ਠੀਕ ਕਰ ਰਹੇ ਸੀ? ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਉੱਥੇ ਮੈਂ 2 ਇੰਟਰਵਿਊਜ਼ ਕੀਤੀਆਂ, ਦੋਨਾਂ ਇੰਟਰਵਿਊਜ਼ 'ਚ ਮੇਰੇ ਲਫ਼ਜ਼ ਸੀ। ਮੈਂ ਤੈਨੂੰ ਇਹਦੀ ਵੀ ਐਗਜ਼ਾਮਪਲ ਦਿੰਦਾ, ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਅਸੀਂ ਆਪਦਾ ਡੈਮੋਕਰੈਟਿਕ ਰਾਈਟ, ਪੀਸਫੁਲ ਪ੍ਰੋਟੈਸਟ ਦਾ ਐਕਸਰਸਾਈਜ਼ ਕਰ ਰਹੇ ਹਾਂ। ਉਹ ਪੀਸਫੁਲ ਸੀ? ਇਹੀ ਗੱਲ ਗਲਤ ਆ, ਮੈਂ ਤੁਹਾਨੂੰ ਦੱਸ ਰਿਹਾ। ਫਿਰ ਮੈਂ ਟਰੈਕਟਰ ਤੇ ਖੜੇ ਹੋ ਕੇ ਇਹ ਗੱਲ ਕਹੀ, ਅਸੀਂ ਹਿੰਸਕ ਨਹੀਂ ਆ, ਹਿੰਸਾ ਸਾਡੇ ਮਨਾਂ 'ਚ ਹੋ ਹੀ ਨਹੀਂ ਸਕਦੀ, ਅਸੀਂ ਜਾਬਤੇ 'ਚ ਰਹਿ ਕੇ ਇਹ ਪ੍ਰੋਟੈਸਟ ਕਰਨਾ। ਹੁਣ ਦੀਪ ਸਿੱਧੂ ਇਕੱਲਾ ਲੀਡਰ ਨਹੀਂ ਆ ਉੱਥੇ, ਲੀਡਰਸ਼ਿਪ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੂੰ ਅਪੀਲ ਕੀਤੀ ਵੀ ਇਸ ਸਾਰੀ ਸਿਚੁਏਸ਼ਨ ਨੂੰ ਹੈਂਡਲ ਕਰੋ, ਇੱਥੇ ਕੁਛ ਵੀ ਹੋ ਸਕਦਾ, ਔਰ ਉੱਥੇ ਕੁਛ ਵੀ ਹੋਇਆ। ਦੀਪ ਹਾਸਿਲ ਕੀ ਕੀਤਾ ਤੁਸੀਂ? ਇਕੱਲਾ ਦੀਪ ਹਾਸਿਲ ਕਰਨ ਗਿਆ ਸੀ ਜਾਂ ਸਾਰੇ ਬੰਦੇ ਹਾਸਿਲ ਕਰਨ ਗਏ ਸੀ? ਇੱਕ ਮਿੰਟ, ਤੁਸੀਂ ਆਪਣੀ ਗੱਲ ਕਰੋ ਨਾ, ਬਾਕੀਆਂ ਦੀ ਬਾਕੀ ਕਰਨਗੇ। ਤੁਸੀਂ ਆਪਣਾ ਦੱਸੋ, ਕਲੈਕਟਿਵ ਕਲੈਕਟਿਵ ਨਹੀਂ, ਦੇਖੋ ਇੱਕ ਕਲੈਕਟਿਵ ਰਿਸਪੋਨਸਿਬਿਲਟੀ ਨਹੀਂ, ਤੁਸੀਂ ਬਾਕੀਆਂ ਦੇ ਸਿਰ ਤੇ। ਮੈਂ ਤੁਹਾਨੂੰ ਪੁੱਛ ਰਿਹਾ ਡਾਇਰੈਕਟ ਕਿ ਤੁਹਾਨੂੰ ਕੀ ਹਾਸਿਲ ਹੋਇਆ? ਬਹੁਤ ਕੁਝ ਹਾਸਿਲ ਹੋਇਆ ਜੀ, ਦੱਸੋ ਕੀ ਹਾਸਿਲ? ਮੈਨੂੰ ਇਹ ਹਾਸਿਲ ਹੋਇਆ, ਇਹ ਦੇਖਿਆ ਮੈਂ ਵੀ ਸਾਡੀ ਲੀਡਰਸ਼ਿਪ ਕਿੰਨੀ ਇਰਰਿਸਪੋਨਸਿਬਲ ਹੋ ਸਕਦੀ ਆ, ਇਸ ਗੱਲ ਨੂੰ ਮੈਂ ਸਮਝਿਆ। ਮੈਂ ਇਹ ਵੀ ਗੱਲ ਵੀ ਸਮਝੀ, ਇੱਕ ਮਿੰਟ ਹੁਣ ਸੁਣ ਲੈਣ ਦਿਓ, ਤੁਸੀਂ ਆਪਣੀ ਗਲਤੀ ਨੂੰ ਲੀਡਰਾਂ ਦੀ ਰਿਸਪੋਨਸਿਬਿਲਟੀ ਤੇ ਪਾ ਕੇ ਐਬਸੋਲੂਟਲੀ ਨਹੀਂ ਬਚ ਸਕਦੇ। ਬਾਈ ਜੀ, 4 ਸਾਈਡ ਤੋਂ ਮੋਰਚਾ ਟੁੱਟਿਆ, 4 ਸਾਈਡ ਤੋਂ ਬੈਰੀਕੇਡ ਟੁੱਟੀ ਆ, 4 ਸਾਈਡ ਤੋਂ ਦੀਪ ਸਿੱਧੂ ਤੋੜ ਕੇ ਲੈ ਗਿਆ, ਤੁਸੀਂ ਇੱਕ ਬੰਦੇ ਤੇ ਪਾਤੀ ਸਾਰੀ ਗੱਲ। ਬਾਕੀ ਮੋਰਚੇ ਟੁੱਟੇ ਤਾਂ ਉਹ ਰਾਸ਼ਟਰਪਤੀ ਭਵਨ ਜਾਂ ਪ੍ਰਾਈਮ ਮਿਨਿਸਟਰ ਹਾਊਸ 'ਚ ਨਹੀਂ ਬੜੇ। ਬਾਈ ਜੀ, ਇੱਕ ਮਿੰਟ, ਉਹੀ ਗੱਲ ਮੈਂ ਤੁਹਾਨੂੰ ਦੱਸਦਾ, ਕੋਈ ਰਾਸ਼ਟਰਪਤੀ, ਮੈਨੂੰ ਤਕਲੀਫ ਸਿਰਫ ਇਸ ਗੱਲ ਦੀ ਹੈ ਕਿ ਸ਼ਾਇਦ ਇਹ ਅੰਦੋਲਨ ਉਸ ਦਿਨ ਹਿੰਸਾ ਨਾ ਹੋਈ ਹੁੰਦੀ ਤਾਂ ਸ਼ਾਇਦ ਕਿਸੇ ਹੋਰ ਮੁਕਾਮ ਤੇ ਹੁੰਦਾ। ਨਹੀਂ, ਮੁਕਾਮ ਉਹੀ ਤਾਂ ਮੈਂ ਗੱਲ ਕਰ ਰਿਹਾ, ਹਿੰਸਾ ਨੂੰ ਤਾਂ ਕੋਈ ਪ੍ਰਮੋਟ ਹੀ ਨਹੀਂ ਕਰ ਰਿਹਾ ਬਾਈ। ਗੱਲ ਕੀ ਹੋ ਰਹੀ ਆ, 4 ਸਾਈਡ ਤੋਂ ਬਾਰਡਰ ਟੁੱਟੇ ਆ, 4 ਸਾਈਡ ਤੋਂ ਸਾਰੇ ਮੋਬਲਾਈਜ਼ ਹੋ ਗਏ। ਯਾਨੀ ਉਹ ਟੁੱਟ ਰਹੇ ਸੀ ਤਾਂ ਤੁਸੀਂ ਵੀ ਜੋ ਕੀਤਾ ਤੁਸੀਂ ਵੀ ਠੀਕ ਕੀਤਾ? ਮੈਂ ਤਾਂ ਇੱਕ ਸਾਹਮਣੇ ਗਲਤੀ ਕਰ ਰਿਹਾ ਜੀ, ਇਹ ਵੀ ਕਰ ਰਿਹਾ ਤਾਂ ਮੈਂ ਇੱਧਰ ਕਰ ਦਿੰਦਾ। ਭਾਈ ਜੀ, ਇੱਕ ਮਿੰਟ, ਗਲਤੀ ਕਿਸੇ ਨੇ
ਮੈਂ ਹਿੰਸਾ ਨੂੰ ਪ੍ਰਮੋਟ ਨਹੀਂ ਕੀਤਾ, ਮੈਂ ਹਿੰਸਾ ਚ ਪਾਰਟਿਸਿਪੇਟ ਨਹੀਂ ਕੀਤਾ। ਕਦੀ ਵੀ ਭੀੜ ਹੁੰਦੀ ਹੈ ਨਾ, ਭੀੜ ਨੂੰ ਡੰਡੇ ਮਾਰਨ ਲਈ ਕੋਈ ਨਹੀਂ ਕਹਿੰਦਾ, ਭੀੜ ਨੂੰ ਡੰਡੇ ਮਾਰਨ ਵਾਲੀ ਥਾਂ ਤੇ ਲਿਜਾਣਾ ਹੀ ਡੰਡੇ ਮਾਰਨ ਲਾਇਕ ਹੁੰਦਾ। ਉਹੀ ਤਾਂ ਗੱਲ ਮੈਂ ਕਰ ਰਿਹਾ, ਭੀੜ ਨੂੰ ਪਹਿਲਾਂ ਡੰਡੇ ਮਾਰਨ ਜਾਂ ਖਾਣ ਵਾਲੀ ਥਾਂ ਤੇ ਲਿਜਾ ਕੌਣ ਲੈ ਕੇ ਗਿਆ, ਇਹ ਦੱਸੋ ਮੈਨੂੰ। ਦੀਪ ਸਿੱਧੂ ਲੈ ਕੇ ਗਿਆ। ਅਗਰ ਮੰਨ ਲਓ ਲੋਕਾਂ ਦਾ ਤੁਹਾਡੇ ਚ ਜ਼ਿਆਦਾ ਯਕੀਨ ਸੀ ਔਰ ਉਹ ਲੀਡਰਸ਼ਿਪ ਠੀਕ ਪਰਫਾਰਮ ਨਹੀਂ ਕਰ ਰਹੀ ਸੀ ਜਿਹੜੀ ਉੱਥੇ ਲੋਕਾਂ ਨੂੰ ਬੁਲਾ ਰਹੀ ਸੀਗੀ, ਫਿਰ ਤੁਹਾਨੂੰ ਉੱਥੋਂ ਭੱਜਣਾ ਕਿਉਂ ਪਿਆ? ਹਿੰਸਾ ਤੋਂ ਬਾਅਦ ਤੁਸੀਂ ਉੱਥੇ ਰਹਿੰਦੇ? ਮੈਂ ਭੱਜਿਆ ਲੱਖਾ ਸਦਾਣਾ ਵੀ ਤਾਂ ਉੱਥੇ ਹੈ। ਨਹੀਂ ਮੈਂ ਭੱਜਿਆ ਨਹੀਂ ਸੀ। ਨਹੀਂ ਤੁਹਾਡਾ ਵੀਡੀਓ ਹੈ, ਤੁਸੀਂ ਉੱਥੋਂ ਨਿਕਲ ਲਏ, ਉਹੀ ਲੋਕੀ ਮਗਰ ਪੈ ਗਏ। ਨਹੀਂ ਬਾਈ ਜੀ, ਨਹੀਂ ਇਹ ਵੀ ਗਲਤ ਫਹਿਮੀ ਆ, ਸਾਨੂੰ ਇਸ ਗੱਲ ਤੇ ਵੀ ਕਲੈਰਿਟੀ ਚਾਹੀਦੀ ਆ। ਜਦੋਂ ਮੈਂ ਲਾਲ ਕਿਲੇ ਚੋਂ ਆਇਆ, ਲਾਲ ਕਿਲੇ ਚੋਂ ਤਾਂ ਮੈਂ ਲੋਕਾਂ ਨੂੰ ਟਕਾ ਕੇ ਉੱਤੇ ਗਿਆ, ਲੋਕਾਂ ਦੀਆਂ ਮਿੰਨਤਾਂ ਕੀਤੀਆਂ, ਪੁਲਿਸ ਦੀ ਹੈਲਪ ਕੀਤੀ। ਇਹ ਤੁਸੀਂ ਵੀਡੀਓਜ਼ ਪਈ ਆ ਮੇਰੇ ਫੇਸਬੁੱਕ ਅਕਾਊਂਟ ਤੇ, ਅਫੀਸ਼ੀਅਲ ਤੇ ਪਲੀਜ਼ ਜਾਓ ਦੇਖੋ। ਪੁਲਿਸ ਦੇ ਨਾਲ ਪੁਲਿਸ ਨੇ ਕਿਹਾ ਯਾਰ ਆਪਦੇ ਲੋਕਾਂ ਨੂੰ ਥੱਲੇ ਲੈ ਕੇ ਜਾਓ। ਮੈਂ ਲੋਕਾਂ ਦੀਆਂ ਮਿੰਨਤਾਂ ਕੀਤੀਆਂ। ਮੈਂ ਕਿਹੜਾ ਲੀਡਰ ਆ? ਇੱਥੇ ਤਾਂ ਲੀਡਰਾਂ ਨੂੰ ਬੁਲਾਓ ਜਿਨ੍ਹਾਂ ਨੇ ਇੱਥੇ ਲਿਆ। ਬਾਈ ਹੈ ਨਹੀਂ ਨਾ, ਪਰ ਕੋਈ ਤਾਂ ਸੈਂਸ ਆਫ ਰਿਸਪੋਂਸਿਬਿਲਟੀ ਸਮਝੋ। ਪੁਲਿਸ ਨੇ ਕਿਉਂ ਤੁਹਾਨੂੰ ਕਿਹਾ? ਇਹਦਾ ਮਤਲਬ ਕਿਉਂ ਗਿਆ? ਲੋਕ ਮੇਰੀ ਗੱਲ ਸੁਣ ਰਹੇ ਸੀ। ਇਹਦਾ ਮਤਲਬ ਇਹੀ ਹੈ ਕਿ ਜਿਹੜੇ ਉੱਥੇ ਲੋਕ ਗਏ ਸੀ ਉਹ ਤੁਹਾਡੀ ਗੱਲ ਸੁਣ ਕੇ ਹੀ ਗਏ? ਨਹੀਂ, ਉਹ ਮੇਰੇ ਨਾਲ ਆਈਡੈਂਟੀਫਾਈ ਕਿਉਂ ਕਰ ਰਹੇ ਸੀ? ਕਿਉਂਕਿ ਕੋਈ ਰਿਸਪੋਂਸਿਬਲ ਬੰਦਾ ਜਿਹੜਾ ਕਿਸਾਨ ਐਜੀਟੇਸ਼ਨ 'ਚ ਪਿਛਲੇ 5 ਮਹੀਨਿਆਂ ਤੋਂ ਆਪਦੀ ਆਵਾਜ਼ ਬੁਲੰਦ ਕਰ ਰਿਹਾ, ਉਹ ਉੱਥੇ ਮੌਜੂਦ ਆ। ਉੱਥੇ ਮੈਂ ਚਾਹੁੰਦਾ, ਦੇਖੋ ਤੁਹਾਡੀ ਇਸ ਗੱਲ 'ਚ ਇਹ ਕਨਫੈਸ਼ਨ ਵੀ ਹੈ ਕਿ ਉਹ ਲੋਕ ਤੁਹਾਡੀ ਗੱਲ ਸੁਣ ਰਹੇ ਸੀ। ਬਿਲਕੁਲ ਸੁਣ ਰਹੇ ਸੀ। ਕਿਉਂ? ਕਿਉਂਕਿ ਹੋਰ ਕੋਈ ਬੰਦਾ ਹੀ ਨਹੀਂ ਸੀ ਜਿਹਨੂੰ ਪਛਾਣ ਸਕਣ, ਜਿਹਦੇ ਨਾਲ ਆਈਡੈਂਟੀਫਾਈ ਕਰ ਸਕਣ। ਲੋਕਾਂ ਨੇ ਮੇਰੀ ਗੱਲ ਸੁਣ ਕੇ ਥੱਲੇ ਵੀ ਆਏ ਆ। ਤੁਹਾਡਾ ਐਕਸ਼ਨ ਠੀਕ ਸੀ ਤੇ ਤੁਹਾਨੂੰ ਆਪਣੇ ਆਪ ਨੂੰ ਡਿਫੈਂਡ ਕਰਕੇ ਉੱਥੇ ਰਹਿਣਾ ਚਾਹੀਦਾ ਸੀ। ਦੀਪ ਸਿੱਧੂ ਦੇ ਤਾਂ ਸਾਰੀ ਖਲਕਤ ਉਲਟ ਕਰਤੀ ਤੁਸੀਂ। ਦੀਪ ਸਿੱਧੂ ਦੇ ਤਾਂ ਲੁੱਕਆਊਟ ਨੋਟਿਸ ਜਾਰੀ ਹੋ ਗਿਆ। ਦੀਪ ਸਿੱਧੂ ਦੇ ਲਾਲ ਕਿਲੇ 'ਚ ਜਾ ਕੇ ਵੀਡੀਓ ਬਣਾਓਗੇ ਤੇ ਉਹ ਲੁੱਕਆਊਟ ਨੋਟਿਸ ਹੀ ਜਾਰੀ ਹੋਏਗਾ ਨਾ? ਲੁੱਕਆਊਟ ਨੋਟਿਸ ਤੇ ਤੋੜਫੋੜ ਕਰੋਗੇ ਤਾਂ ਨੋਟਿਸ ਹੀ ਜਾਰੀ ਹੋਊਗਾ ਨਾ? ਕਿਸ ਬੰਦੇ ਨੇ ਤੋੜਫੋੜ ਕੀਤੀ? ਤੁਸੀਂ ਨਹੀਂ ਕੀਤੀ ਸੀ, ਤੁਸੀਂ ਪੁਲਿਸ ਕੋਲ ਜਾਂਦੇ ਸੀ ਕਿ ਮੈਂ ਕੁਝ ਨਹੀਂ ਕੀਤਾ। ਮੈਂ ਤਾਂ ਪੁਲਿਸ ਨੂੰ ਦੂਜੇ ਦਿਨ ਹੀ ਕਹਿਤਾ ਸੀ ਆਈ ਵਿਲ ਜੁਆਇਨ ਇਨਵੈਸਟੀਗੇਸ਼ਨ। ਮੈਂ ਉਸ ਸਵਾਲ ਤੇ ਆਨਾ, ਤੁਸੀਂ ਖਤਮ ਕਰ ਲਓ ਵੀ ਉੱਥੋਂ ਨਿਕਲੇ ਕਿਉਂ, ਫਿਰ ਮੈਂ ਆਨਾ। ਮੈਂ ਤੁਹਾਨੂੰ ਦੱਸਿਆ ਵੀ ਅੰਡਰਗਰਾਊਂਡ ਵੀ ਰਹੇ ਨੇ ਫਿਰ? ਮੈਂ ਦੱਸਦਾ ਕਿਉਂ ਰਿਹਾ, ਅੰਡਰਗਰਾਊਂਡ ਦੀ ਵੀ ਤੁਹਾਨੂੰ ਕਹਾਣੀ ਦੱਸਦਾ। ਸਾਰੀ ਗੱਲਾਂ ਦੱਸੋ। ਹਾਂਜੀ, ਉਸ ਤੋਂ ਬਾਅਦ ਜਦੋਂ ਮੈਂ ਉੱਥੋਂ ਨਿਕਲਿਆ, ਮੋਰਚੇ 'ਚ ਆਇਆ, ਮੋਰਚੇ 'ਚ ਆ ਕੇ ਮੈਨੂੰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਕੁਛ ਬੰਦਿਆਂ ਨੇ, ਮੈਂ ਨਾਂ ਨਹੀਂ ਲਊਂਗਾ ਅੱਜ ਕਿਉਂਕਿ ਉਹ ਨਵੀਂ ਇੱਕ ਕੰਟਰੋਵਰਸੀ ਸ਼ੁਰੂ ਹੋ ਜੂਗੀ। ਮੈਨੂੰ ਸਭ ਬੰਦਿਆਂ ਦਾ ਪਤਾ, ਕਿਹਨੇ ਅਟੈਕ ਕੀਤਾ, ਕਿਹਨੇ ਕਰਵਾਇਆ ਸੀ, ਸਭ ਕੁਝ ਸਾਹਮਣੇ ਆ ਗਿਆ। ਚੰਗਾ ਰਹੇਗਾ ਨਾ ਦੱਸੋਗੇ ਤਾਂ? ਨਹੀਂ ਬਾਈ ਜੀ, ਤਾਂ ਕਿ ਅੱਗੇ ਤੋਂ ਵੀ ਇਹ ਪਤਾ ਲੱਗ ਜੇ ਵੀ ਕੌਮ ਤਾਂ ਲਾਉਣੀਆਂ ਦੂਜੇ ਬੰਦਿਆਂ ਦਾ, ਉਹਨਾਂ ਬੰਦਿਆਂ ਦਾ ਸਟਾਈਲ ਤੇ ਉਹਨਾਂ ਬੰਦਿਆਂ ਦਾ ਉਹ ਕਿਰਦਾਰ ਹੋ ਸਕਦਾ। ਦੀਪ ਸਿੱਧੂ ਦਾ ਕਿਰਦਾਰ ਹਵਾ 'ਚ ਵੀ ਕਿਸੇ ਦੇ ਬਾਰੇ ਕਹਿ ਦੇਣਾ ਫਿਰ ਤਾਂ ਸਾਰਿਆਂ ਨੂੰ ਗਲਤ ਠਹਿਰਾ ਦੇਣਾ। ਨਹੀਂ ਨਹੀਂ, ਹਵਾ 'ਚ ਨਹੀਂ ਆ, ਅਟੈਕ ਤਾਂ ਹੋਇਆ ਨਾ, ਇਹ ਤਾਂ ਸਾਹਮਣੇ ਆਇਆ। ਇਹਦਾ ਮਤਲਬ ਲੋਕ ਨਾਰਾਜ਼ ਹੋ ਗਏ ਨਾ ਤੁਹਾਡੇ ਐਕਸ਼ਨ ਤੋਂ? ਲੋਕ ਨਾਰਾਜ਼ ਨਹੀਂ ਹੋਏ, ਟਾਰਗੇਟ ਹੋਇਆ ਮੈਂ, ਟਾਰਗੇਟ ਕੀਤਾ ਗਿਆ। ਸਰਕਾਰ ਨੇ ਵੀ ਟਾਰਗੇਟ ਕੀਤਾ, ਸਾਡੇ ਜਿਹੜੇ ਲੀਡਰ ਸੀ ਉਹਨਾਂ ਨੇ ਵੀ ਟਾਰਗੇਟ ਕੀਤਾ। ਲੀਡਰ ਕਹਿ ਰਹੇ ਹੋ ਕਿ ਤੁਸੀਂ ਸਰਕਾਰ ਦੇ ਸਪੌਂਸਰਡ ਸੀ, ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ ਵੀ ਟਾਰਗੇਟ ਕੀਤਾ, ਲੀਡਰਸ ਨੇ ਵੀ ਟਾਰਗੇਟ ਕੀਤਾ। ਐਬਸੋਲੂਟਲੀ, ਇਹਦਾ ਰੀਜ਼ਨ ਆ ਦੀਪ ਸਿੱਧੂ ਇੱਕ ਮੀਡੀਆ ਫੇਸ ਬਣ ਗਿਆ ਸੀ ਐਜੀਟੇਸ਼ਨ 'ਚ। ਮੀਡੀਆ ਨੇ, ਇਹਦਾ ਮਤਲਬ ਸਾਰੇ ਲੋਕਾਂ ਨੂੰ ਇਸਤੇਮਾਲ ਕਰ ਰਹੇ ਹੈ? ਨਹੀਂ ਨਹੀਂ, ਚਾਹੇ ਮੀਡੀਆ ਫੇਸ ਬਣਨ ਲਈ, ਚਾਹੇ ਆਪਣੀ ਲੀਡਰਸ਼ਿਪ ਚਮਕਾਉਣ ਲਈ। ਕੌਣ ਇਸਤੇਮਾਲ ਕਰ ਰਹੇ ਹੈ? ਮੈਂ ਤੁਹਾਨੂੰ ਇਹ ਪੁੱਛ ਰਿਹਾ ਕਿ ਮੁੱਦਾ ਸਾਡਾ ਖੇਤੀਬਾੜੀ ਬਿੱਲ ਹੈਗੇ ਆ, ਆਪਾਂ ਕਿਹੜੇ ਚੱਕਰ 'ਚ ਪੈ ਗਏ ਉੱਥੇ ਜਾ ਕੇ? ਬਾਈ ਜੀ, ਤੁਸੀਂ ਫੇਰ ਉੱਥੇ ਹੀ ਆ ਗਏ ਹੋ। ਖੇਤੀਬਾੜੀ ਬਿੱਲ ਸਾਡਾ ਮੁੱਦਾ, ਪਰ ਖੇਤੀਬਾੜੀ ਬਿੱਲ ਮੁੱਦਾ ਜਾ ਕੇ ਖੜਦਾ ਕਿੱਥੇ ਆ? ਹੋਂਦ ਤੇ, ਹੋਂਦ 'ਚ ਕੀ ਹੁੰਦਾ? ਇੱਕ ਸੈਕਿੰਡ, ਤੁਸੀਂ ਉੱਥੇ ਹੀ ਆ ਜਾਓ। ਲੀਡਰਸ ਨੇ ਤੁਹਾਡੇ ਖਿਲਾਫ ਪ੍ਰਵੋਕ ਕੀਤਾ ਲੋਕਾਂ ਨੂੰ? ਹਾਂਜੀ, ਫੇਰ ਕੀ ਹੋਇਆ? ਜਦੋਂ ਮੈਂ ਉੱਥੋਂ ਮੋਰਚੇ 'ਚੋਂ ਨਿਕਲਿਆ, ਤੁਸੀਂ ਕਿਹੜੀ ਕਹਾਣੀ ਪੁੱਛਣਾ ਚਾਹੁੰਦੇ ਹੋ? ਪ੍ਰਵੋਕ ਮੇਰੇ ਖਿਲਾਫ ਇਹ ਕੀਤਾ ਵੀ ਦੀਪ ਸਿੱਧੂ ਨੇ ਸਾਰੀ ਗੱਲ ਜੋ ਅੱਜ ਕੀਤੀ ਹੈ, ਦੀਪ ਸਿੱਧੂ ਨੇ ਸਾਰਾ ਇਹ ਹਿੰਸਾ ਵੀ ਉਹਨੇ ਭੜਕਾਈ ਹੈ, ਲੋਕ ਵੀ ਉਹ ਲੈ ਕੇ ਗਿਆ, ਅਤੇ ਇਹਦਾ ਰਿਸਪੋਂਸੀਬਲ ਦੀਪ ਸਿੱਧੂ ਆ। ਇਹੀ ਗੱਲ ਸਰਕਾਰ ਨੇ ਕਹੀ। ਸਰਕਾਰ ਅਤੇ ਲੀਡਰਸ਼ਿਪ ਜੋ ਕਹਿ ਰਿਹਾ ਉਹਦੇ 'ਚ ਕੋਈ ਫਰਕ ਸੀਗਾ? ਇੰਨਾ ਵੀ ਫਰਕ ਨਹੀਂ ਸੀ, ਦੋਨੇ ਉਹੀ ਇੱਕੋ ਹੀ ਗੱਲਾਂ ਕਰ ਰਹੇ। ਸਰਕਾਰ ਨੇ ਤਾਂ ਕੋਈ ਗੱਲ ਹੀ ਨਹੀਂ ਕਹੀ ਸੀ ਵੈਸੇ। ਕਿਉਂ ਨਹੀਂ ਕਹੀ? ਉਹ ਤਾਂ ਚੁੱਪ ਰਹੇ। ਨਹੀਂ ਨਹੀਂ, ਸਰਕਾਰ ਨੇ, ਪੁਲਿਸ ਨੇ ਕੇਸਿਸ ਬਾਅਦ ਚ ਦਰਜ ਕੀਤੇ। ਦੇਖੋ, ਉਹ ਮੀਡੀਆ ਜਿਹਨੂੰ ਆਪਾਂ ਗੋਦੀ ਮੀਡੀਆ ਕਹਿੰਦੇ ਆ, ਉਹ ਮੀਡੀਆ ਜਿਹੜਾ ਗਵਰਨਮੈਂਟ ਸਪੌਂਸਰ ਮੀਡੀਆ, ਉਹ ਮੀਡੀਆ ਇਹ ਖਬਰ ਚਲਾ ਰਿਹਾ ਹੀ ਇਜ਼ ਬੀਜੇਪੀ ਪਰਸਨ। ਕਿਉਂ ਬਈ? ਤੁਸੀਂ ਕਿਸੇ ਨੇ ਸੋਚਿਆ? ਚਲੋ ਇੱਕ ਸੈਕਿੰਡ, ਮੀਡੀਆ ਕਿਸੇ ਦੇ ਕਹਿਣ ਤੇ ਚਲਾ ਰਿਹਾ ਸੀ ਖਬਰ, ਰਕੇਸ਼ ਟਿਕੈਤ ਕਿਹਦੇ ਕਹਿਣ ਤੇ ਕਹਿ ਰਹੇ ਸੀ ਇਹ ਗੱਲ? ਮੈਂ ਤੁਹਾਨੂੰ ਦੱਸਦਾ, ਰਕੇਸ਼ ਟਿਕੈਤ ਜਿਹੜੇ ਬੜੇ ਸਤਿਕਾਰਯੋਗ ਆ, ਪਰ ਉਹ 26 ਤਰੀਕ ਤੋਂ ਪਹਿਲਾਂ ਕਿੱਥੇ ਸੀ ਐਜੀਟੇਸ਼ਨ 'ਚ? ਨਹੀਂ, ਉਹਨਾਂ ਨੇ ਕਿਹਦੇ ਕਹਿਣ ਤੇ ਕਿਹਾ ਤੁਹਾਨੂੰ ਕਿ ਇਹ ਗਵਰਨਮੈਂਟ ਦਾ ਸਪੌਂਸਰਡ ਬੰਦਾ ਸੀ? ਮੈਂ ਦੱਸਦਾ ਕਿਹਦੇ ਕਹਿਣ ਤੇ ਕਿਹਾ, 26 ਤਰੀਕ ਤੋਂ ਪਹਿਲਾਂ ਕਿੱਥੇ ਸੀ ਐਜੀਟੇਸ਼ਨ 'ਚ? ਕਦੇ ਸੁਣਿਆ ਸੀ ਤੁਸੀਂ ਰਕੇਸ਼ ਟਿਕੈਤ? ਗਾਜੀਪੁਰ ਲੱਗਾ ਹੋਇਆ ਸੀ ਉਹਨਾਂ ਦਾ? ਕੋਈ ਨਾਂ ਸੁਣਿਆ ਸੀ? ਕਿਸੇ ਨੇ ਨਹੀਂ ਸੁਣਿਆ ਹੋਇਆ। ਉਹਨਾਂ ਦੇ ਫਾਦਰ ਦੇ ਮਹਿੰਦਰ ਸਿੰਘ ਟਿਕੈਤ ਦੇ
ਉਹਨਾਂ ਦਾ ਆਧਾਰ ਬਣਿਆ 26 ਤਰੀਕ ਤੋਂ ਬਾਅਦ ਉਦੋਂ ਪਹਿਲਾਂ ਉਹਦੇ ਵੀ ਉਹਦਾ ਵੀ ਕ੍ਰੈਡਿਟ ਤੁਸੀਂ ਤੁਸੀਂ ਲਓ ਜੇ ਤੁਸੀਂ ਇਹ ਸਭ ਨਾ ਕਰਦੇ ਤਾਂ ਟਿਕੈਤ ਨੂੰ ਨਾ ਚੱਕਣ ਜਾਂਦੀ ਪੁਲਿਸ ਤੇ ਨਾ ਉਹ ਰੋਂਦੇ ਤੇ ਨਾ ਉਹਨਾਂ ਦੇ ਨਾਲ ਤਮਾਮ ਖਲਕਤ ਖੜੀ ਹੋ ਜਾਂਦੀ ਬਿਲਕੁਲ ਜਮਾਂ ਸਹੀ ਗੱਲ ਕਹੀ ਆ ਤੁਸੀਂ ਹੁਣ ਇਹਦਾ ਮੈਂ ਤੁਹਾਨੂੰ ਰੀਜ਼ਨ ਦੱਸਦਾ ਜਦੋਂ ਲੀਡਰਸ਼ਿਪ ਤੁਹਾਡੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰੇ ਨਾ ਲੀਡਰਸ਼ਿਪ ਕਿਉਂ ਕਰ ਰਹੀ ਆ ਕਿਉਂਕਿ ਤੁਸੀਂ ਉਹਨਾਂ ਨੂੰ ਵਾਰ ਵਾਰ ਕ੍ਰਿਟੀਸਾਈਜ਼ ਕਰ ਰਹੇ ਹੋ ਲੀਡਰਸ਼ਿਪ ਨੂੰ ਕ੍ਰਿਟੀਸਾਈਜ਼ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਅਸੀਂ ਉਹਨਾਂ ਦੀ ਆਪੋਜੀਸ਼ਨ ਲੀਡਰਸ਼ਿਪ ਨੂੰ ਇਹ ਕਹਿ ਰਹੇ ਹਾਂ ਵੀ ਤੁਸੀਂ ਇਸ ਅੰਦੋਲਨ ਦਾ ਦਾਇਰਾ ਜਿਹੜਾ ਉਹਨੂੰ ਸਿਰਫ ਕਿਸਾਨੀ ਦੇ ਮੁੱਦੇ ਤੱਕ ਸੀਮਤ ਨਾ ਰੱਖੋ ਇਹ ਸਾਡੀ ਕਲਚਰਲ ਲੜਾਈ ਬਣ ਚੁੱਕੀ ਹੈ ਨਹੀਂ ਨਹੀਂ ਉਹ ਤਾਂ ਤੁਸੀਂ ਮੁੱਦੇ ਨੂੰ ਹੋਰ ਕਿੱਥੇ ਲੈ ਕੇ ਜਾ ਰਹੇ ਸੀ ਨਾ ਫਿਰ ਨਹੀਂ ਨਹੀਂ ਕਿਵੇਂ ਇੱਕ ਮਿੰਟ ਇੱਕ ਗੱਲ ਦੱਸੋ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਕਿਸਾਨ ਆਗੂਆਂ ਨੇ ਬੁਲਾਇਆ ਕਿਸਾਨ ਆਗੂਆਂ ਦਾ ਮੁੱਦਾ ਸੀ ਤੁਸੀਂ ਹੁਣ ਉਹਨੂੰ ਜੇ 20 ਸਾਲ ਪੁਰਾਣੀ ਹਿਸਟਰੀ ਜਾਂ 50 ਸਾਲ ਪੁਰਾਣੀ ਹਿਸਟਰੀ ਨਾਲ ਡਾਈਵਰਟ ਕਰੋਗੇ ਤਾਂ ਹੀ ਕਿਸਾਨ ਤੁਹਾਨੂੰ ਆਪਣੀ ਸਟੇਜ ਨਹੀਂ ਸਾਂਝੀ ਕਰਨ ਦੇ ਰਹੇ ਉਹਨਾਂ ਨੇ ਕਹੀ ਗੱਲ ਹੈ ਤੁਸੀਂ ਉਹਦੇ ਤੇ ਅਲੱਗ ਐਜੂਟੇਸ਼ਨ ਕਰ ਲਓ ਨਾ ਮੇਰੀ ਗੱਲ ਸੁਣੋ ਬਿਲਕੁਲ ਇੱਕ ਇਹਦੇ ਤੇ ਤੁਸੀਂ ਅਲੱਗ ਐਜੂਟੇਸ਼ਨ ਕਰ ਲਓ ਤੁਸੀਂ ਮਾਰਟਿਨ ਲੂਥਰ ਦੀ ਤਰ੍ਹਾਂ ਕਰ ਲਓ ਨਹੀਂ ਇੱਕ ਮੈਂ ਤੁਹਾਨੂੰ ਲੇਕਿਨ ਇਹ ਨਾ ਕਰੋ ਨਾ ਖੇਤੀਬਾੜੀ ਬਿੱਲਾਂ ਤੇ ਸੱਦੀ ਹੋਈ ਭੀੜ ਨੂੰ ਤੁਸੀਂ ਬਾਕੀ ਨੈਰੇਟਿਵ ਸੈੱਟ ਕਰਨ ਲਈ ਇਸਤੇਮਾਲ ਕਰਨ ਲੱਗ ਭਾਈ ਜੀ ਕਿਸੇ ਨੇ ਕੋਈ ਨੈਰੇਟਿਵ ਸੈੱਟ ਨਹੀਂ ਕੀਤਾ ਕਿਸਾਨ ਇਮੋਸ਼ਨਸ ਦਾ ਅੰਦੋਲਨ ਸੀ ਨਹੀਂ ਨਹੀਂ ਇੱਕ ਮਿੰਟ ਇਮੋਸ਼ਨਸ ਦੀ ਗੱਲ ਹੀ ਤਾਂ ਕਰ ਰਹੇ ਹਾਂ ਠੀਕ ਹੈ ਨਾ ਇਸ ਇਨ ਇਮੋਸ਼ਨਸ ਨੂੰ ਹੋਰ ਕਿਤੇ ਡਾਈਵਰਟ ਕਰ ਦੋ ਕਿਸੇ ਨੇ ਨਹੀਂ ਕੀਤਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਪਲੀਜ਼ ਜਦੋਂ ਐਮਐਸਪੀ ਦੀ ਗੱਲ ਹੋ ਰਹੀ ਸੀ ਪੰਜਾਬ 'ਚ ਅੰਦੋਲਨ ਸ਼ੁਰੂ ਹੋਇਆ ਇਕੱਲਾ ਐਮਐਸਪੀ ਦੀ ਗੱਲ ਹੋ ਰਹੀ ਸੀ ਹੌਲੀ ਹੌਲੀ ਸਾਡੇ ਕਿਸਾਨ ਆਗੂ ਇਵੋਲਵ ਹੋਏ ਔਰ ਇਹ ਕਿਸਾਨ ਆਗੂ ਦੀ ਗੱਲ ਕਰ ਰਿਹਾ ਹਾਂ ਮੈਂ ਹੌਲੀ ਹੌਲੀ ਉਹਨਾਂ ਦੀਆਂ ਸਟੇਜਾਂ ਤੋਂ ਪੰਜਾਬ ਦੀ ਜਾਂ ਸਾਡੀ ਜਾਂ ਕਲਚਰਲ ਹੋਂਦ ਦੀ ਗੱਲ ਹੋਣ ਲੱਗ ਗਈ ਐਮਐਸਪੀ ਤੋਂ ਇਵੋਲਵ ਹੋ ਕੇ ਕਿੱਥੇ ਪਹੁੰਚੇ ਹੋਂਦ ਦੀ ਲੜਾਈ 'ਤੇ ਪੋਪੂਲਰ ਪਿੰਡਾਂ ਪਿੰਡਾਂ ਦਾ ਈਡੀਐਮ ਬਣ ਗਿਆ ਇਹ ਸਾਡੀ ਹੋਂਦ ਦੀ ਲੜਾਈ ਆ ਤੁਸੀਂ ਵੀ ਸੁਣਿਆ ਹੋਣਾ ਇਸ ਗੱਲ ਨੂੰ ਮੰਨਦੇ ਹੋ ਤੁਸੀਂ ਕਿਉਂਕਿ ਕਿਸਾਨੀ ਪੰਜਾਬ 'ਚ ਜਿਹੜੀ ਹੈ ਨਾ ਕਿਸਾਨੀ ਉਹ ਕਿਸਾਨ ਦਾ ਡੀਐਨਏ ਹੈ ਕਿਸਾਨੀ ਹਾਂਜੀ ਉਹ ਇਸ ਕਰਕੇ ਕਹਿੰਦੇ ਸੀ ਵੀ ਇਹ ਹੋਂਦ ਸਾਡੀ ਕਿਸਾਨੀ ਦੀ ਲੜਾਈ ਹੈ ਐਬਸੋਲੂਟਲੀ ਹੋਂਦ ਦੇ ਨਾਲ ਕੀ ਜੁੜਿਆ ਹੁੰਦਾ ਤੁਹਾਡਾ ਨਹੀਂ ਹੋਂਦ ਨਾਲ ਤਾਂ 100 ਜੋ ਪ੍ਰੋਸਪੈਕਟਿਵ ਜੁੜੇ ਹੋਏ ਆ ਤੁਸੀਂ ਉਹਦੇ ਨਾਲ ਜੋੜ ਦੋ ਮੈਂ ਤੁਹਾਨੂੰ ਉਹੀ ਤਾਂ ਗੱਲ ਕਹਿਣਾ ਹੋਂਦ ਦੀ ਲੜਾਈ ਦਾ ਮਤਲਬ ਕੀ ਹੁੰਦਾ ਕਿਸਾਨੀ ਆ ਜਿਹੜਾ ਉਹਦੇ 'ਚ ਤੁਹਾਡਾ ਇੱਕ ਇੱਕ ਪ੍ਰੋਸੈਸ ਆਫ ਐਵੋਲੂਸ਼ਨ ਦੇ ਥਰੂ ਇੱਕ ਕਲਚਰ ਪੈਦਾ ਹੋਇਆ ਹੋਇਆ ਅੱਜ ਜੇ ਆਪਾਂ ਕਲਚਰਡ ਬੰਦੇ ਹਾਂ ਨਾ ਤਾਂ ਹੀ ਆਪਾਂ ਪਸ਼ੂਆਂ ਤੋਂ ਵੱਖ ਹਾਂ ਜੇ ਆਪਣੇ 'ਚ ਕਲਚਰ ਨਾ ਹੋਵੇ ਵੇ ਆਫ ਲਿਵਿੰਗ ਨਾ ਹੋਵੇ ਤਰੀਕਾ ਸਲੀਕਾ ਨਾ ਹੋਵੇ ਨਫਾਸਤ ਨਾ ਹੋਵੇ ਫਿਰ ਤਾਂ ਪਸ਼ੂਆਂ 'ਚ ਤੇ ਆਪਣੇ 'ਚ ਕੋਈ ਫਰਕ ਨਹੀਂ ਸੋ ਇਹਦਾ ਮਤਲਬ ਸਾਡਾ ਕਲਚਰਲ ਥ੍ਰੈਟਨਡ ਫੀਲ ਕਰ ਰਹੇ ਹਾਂ ਅਸੀਂ ਇਹਨਾਂ ਬਿੱਲਾਂ ਨੇ ਜੇ ਲਾਗੂ ਹੋ ਜਾਣਾ ਔਰ ਇਹ ਅਸੀਂ ਚੀਜ਼ਾਂ ਦੇਖੀਆਂ ਇਹ ਪਹਿਲੀ ਐਗਜ਼ਾਮਪਲ ਥੋੜ੍ਹੀ ਆਪਾਂ ਵੀ ਹਵਾ 'ਚ ਗੱਲ ਕਰ ਰਹੇ ਹਾਂ ਤੁਸੀਂ ਸਿੰਘੂ ਤੋਂ ਨਿਕਲਣ ਤੋਂ ਬਾਅਦ ਹਾਂਜੀ ਕਿੱਥੇ ਰਹੇ ਅਤੇ ਕਿਵੇਂ ਰਹੇ ਨਹੀਂ ਹੁਣ ਇਹ ਜਿਹੜੀ ਗੱਲ ਆ ਨਾ ਸਿੰਘੂ ਤੋਂ ਨਿਕਲਣ ਤੋਂ ਬਾਅਦ ਮੈਂ ਕਿੱਥੇ ਰਿਹਾ ਮੈਂ ਤੁਹਾਡੇ ਅੰਡਰਗਰਾਊਂਡ ਤੇ ਮੈਂ ਤੁਹਾਡੇ ਵੀਡੀਓ ਦੋਨੋਂ ਦੇਖਿਓ ਦੇਖਿਆ ਨਾ ਇਹਦੇ ਜੇ ਮੈਂ ਡੀਟੇਲਸ ਸ਼ੇਅਰ ਕਰਾਂ ਤਾਂ ਮੇਰੇ ਕੇਸ ਲਈ ਚੰਗਾ ਨਹੀਂ ਹੋਊਗਾ ਜਦੋਂ ਮੈਂ ਅੰਡਰਗਰਾਊਂਡ ਰਿਹਾ ਮੈਂ ਬਹੁਤ ਕਠਿਨਾਈ 'ਚ ਰਿਹਾ ਮੈਂ ਬੜਾ ਭੁਗਤਿਆ ਸਾਰੀ ਖਲਕਤ ਮੈਨੂੰ ਇਹ ਨਹੀਂ ਪਤਾ ਸੀ ਕਿਹਨੇ ਮੇਰੇ 'ਤੇ ਅਟੈਕ ਕਰ ਦੇਣਾ ਕਿ ਕਿਹੜੀ ਸਿਚੁਏਸ਼ਨ 'ਚੋਂ ਮੈਨੂੰ ਹੈਂਡਲ ਕਰਨਾ ਪੈਣਾ ਜਮਾਂ ਇਕੱਲਾ ਕਾਰ ਚਲਾ ਰਿਹਾ ਰਾਤਾਂ ਨੂੰ ਜਾਗ ਰਿਹਾ ਕਾਰ 'ਚ ਸੌਂ ਰਿਹਾ ਕੋਠਿਆਂ 'ਚ ਸੌਂ ਰਿਹਾ ਡਰ ਕਿਤੇ ਤੋਂ ਸੀ ਡਰ ਪੁਲਿਸ ਤੋਂ ਫੜੇ ਜਾਣ ਤੋਂ ਜਾਂ ਹਮਲੇ ਦਾ ਕਿਸੇ ਹੋਰ ਤੋਂ ਆਪਦੇ ਲੋਕਾਂ ਨੇ ਮੈਨੂੰ ਹਰਟ ਕਰਤਾ ਸੀ ਮਤਲਬ ਲੋਕ ਨਾਰਾਜ਼ ਹੋਏ ਨਾ ਤੁਹਾਡੇ ਲੋਕ ਨਹੀਂ ਨਹੀਂ ਲੋਕ ਨਾਰਾਜ਼ ਕੀਤੇ ਗਏ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਕੀਤੇ ਗਏ ਪੰਜਾਬੀ ਇੰਨਾ ਨਾ ਸਮਝੇ ਬਿਲਕੁਲ ਨਾ ਸਮਝ ਦੀ ਗੱਲ ਨਹੀਂ ਮੈਂ ਕਰ ਰਿਹਾ ਜੋ ਨੈਰੇਟਿਵ ਥਰੋ ਹੋਇਆ ਟਾਰਗੇਟ ਕੀਤਾ ਗਿਆ ਮੈਨੂੰ ਅੱਜ ਤੁਸੀਂ ਇਹ ਦੇਖੋ ਉਹੀ ਜੋ ਲੋਕ ਜਿਨ੍ਹਾਂ ਨੇ ਮੇਰੇ ਵਿਰੁੱਧ ਉਦੋਂ ਲਿਖਿਆ ਕਿਉਂਕਿ ਉਦੋਂ ਤੁਸੀਂ ਇਸ ਨੈਰਟ ਇਹ ਦੇਖੋ ਇਹ ਬੜੀ ਜ਼ਰੂਰੀ ਗੱਲ ਆ ਸਾਡੇ ਸਮਝ ਨਹੀਂ ਅੱਜ ਦਾ ਮੀਡੀਆ ਇੰਨਾ ਸਟਰੋਂਗ ਆ ਔਰ ਮੀਡੀਆ ਟ੍ਰਾਇਲ ਚੱਲ ਗਿਆ ਮੇਰੇ ਅਗੇਂਸਟ ਤੁਸੀਂ ਸਾਰਿਆਂ ਨੇ ਇੱਕ ਮੀਡੀਆ ਟ੍ਰਾਇਲ ਚਲਾਇਆ ਮੇਰੇ ਅਗੇਂਸਟ ਅੱਜ ਜੋ ਮੇਰੇ ਨਾਲ ਬੈਠ ਕੇ ਗੱਲਾਂ ਕਰ ਰਹੇ ਹਾਂ ਉਦੋਂ ਮੇਰੇ ਨਾਲ ਕਿਸੇ ਨੇ ਬੈਠ ਕੇ ਗੱਲ ਨਹੀਂ ਕੀਤੀ ਮੇਰਾ ਪਰਸਪੈਕਟਿਵ ਮੇਰੀ ਉਦੋਂ ਵੀ ਗੱਲ ਹੋਈ ਹੈ ਤੁਹਾਡੇ ਨਾਲ ਨਹੀਂ ਭਾਈ ਜੀ ਮੇਰਾ ਕਿਸੇ ਨੇ ਪਰਸਪੈਕਟਿਵ ਨਹੀਂ ਲਿਆ ਆਪਾਂ ਟੈਲੀਫੋਨ ਤੇ ਇਹੀ ਗੱਲ ਕੀਤੀ ਹੈ ਹਾਂਜੀ ਠੀਕ ਹੈ ਔਨ 에ਅਰ ਗੱਲ ਹੋਈ ਹੈ ਸਾਡੀ ਲੇਕਿਨ ਮੈਂ ਦੋ ਚੀਜ਼ਾਂ ਚ ਮੈਂ ਪਰਸਨਲੀ ਇਸ ਚੀਜ਼ ਨੂੰ ਸਹੀ ਨਹੀਂ ਮੰਨਦਾ ਇੱਕ ਮਿੰਟ ਦੋ ਚੀਜ਼ਾਂ ਪਰਸਨਲੀ ਸਹੀ ਮੈਂ ਵੀ ਨਹੀਂ ਮੰਨਦਾ ਜੇ ਤੁਸੀਂ ਲੋਕਾਂ ਨੂੰ ਬਹਿਕਾਣਾ ਹਾਂਜੀ ਦੂਜਾ ਲੋਕਾਂ ਨੂੰ ਐਸੀ ਜਗ੍ਹਾ ਲਿਜਾਣਾ ਜਿੱਥੋਂ ਕਿ ਇੱਕ ਰੋਂਗ ਨੈਰੇਟਿਵ ਬਣਾਉਣ ਦਾ ਮੌਕਾ ਮਿਲੇ ਨਹੀਂ ਨਹੀਂ ਇਹ ਤੁਸੀਂ ਕਿਵੇਂ ਡਿਸਾਈਡ ਕਰ ਸਕਦੇ ਹੋ ਇਹ ਤੁਸੀਂ ਕਿਵੇਂ ਡਿਸਾਈਡ ਕਰ ਸਕਦੇ ਹੋ ਸਿੰਘੂ ਤੇ ਬੈਠੇ ਹਾਂ ਅਸੀਂ ਜਾ ਕੇ ਸਿੰਘੂ ਤੇ ਜਦੋਂ ਜਾ ਕੇ ਬੈਠੇ ਹਾਂ ਪਹਿਲੇ ਦਿਨ ਕਿਸਾਨ ਆਗੂ ਇਹ ਕਹਿੰਦੇ ਹੁੰਦੇ ਸੀ ਦੀਪ ਸਿੱਧੂ ਨੇ ਸ਼ੰਭੂ ਤੋਂ ਮੋਰਚਾ ਤੋੜਿਆ ਤੇ ਇਹ ਤੁਰ ਗਏ ਸਾਡਾ ਤਾਂ ਕੋਈ ਪਲਾਨ ਹੀ ਨਹੀਂ ਸੀ ਉੱਥੇ ਜਾਣ ਦਾ ਇਹ ਗੱਲ ਉੱਥੇ ਕਹੀ ਗਈ ਹੈ ਸਾਡਾ ਦਿੱਲੀ ਜਾਣ ਦਾ ਕੋਈ ਪਲਾਨ ਨਹੀਂ ਸੀ ਜਿੱਥੇ ਸਾਨੂੰ ਰੋਕਣਾ ਸੀ ਅਸੀਂ ਉੱਥੇ ਹੀ ਬੈਠਣਾ ਸੀ ਇਹ ਤਾਂ ਦੀਪ ਸਿੱਧੂ ਲੈ ਗਿਆ ਸ਼ੰਭੂ ਮੋਰਚਾ ਤੋੜ ਕੇ
ਸ਼ੰਭੂ ਤੇ ਜਿਹੜੀ ਬੈਰੀਕੇਟਿੰਗ ਹੋਈ। ਸੋ ਜਦੋਂ ਲੋਕਾਂ ਨੂੰ ਲਿਜਾਣਾ, ਜਦੋਂ ਅਸੀਂ ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜ਼ੀਆਬਾਦ ਤੇ ਰਾਜਸਥਾਨ ਵਾਲੇ ਬਾਰਡਰ ਤੇ ਜਾ ਕੇ ਬੈਠ ਗਏ, ਉੱਥੇ ਵੀ ਤਾਂ ਹਿੰਸਾ ਹੋ ਸਕਦੀ ਹੈ ਨਾ, ਹਿੰਸਾ ਤਾਂ ਕਿਤੇ ਵੀ ਹੋ ਸਕਦੀ ਹੈ ਨਾ, ਪਰ ਲੀਡਰਸ਼ਿਪ ਨੇ ਉੱਥੇ ਰਿਸਪੋਂਸਿਬਿਲਿਟੀ ਸੰਭਾਲੀ। ਦੇਸ਼ ਜਿਹੜੇ ਸਾਡੇ ਵੱਡੇ ਸਿਤੰਭ ਹੈ, ਹਾਂਜੀ, ਉਹਨਾਂ ਨੂੰ ਜਿਨ੍ਹਾਂ ਨੂੰ ਆਪਣਾ ਪ੍ਰਾਈਡ ਪ੍ਰਾਊਡ ਮੰਨਦਾ ਹੈ, ਹਾਂਜੀ, ਉੱਥੇ ਜਾ ਕੇ ਆਪਾਂ ਭੀੜ ਦੇ ਨਾਲ ਇਸ ਤਰ੍ਹਾਂ ਸਭ ਕਰੀਏ, ਇਹ ਚੰਗਾ ਥੋੜਾ ਲੱਗਦਾ? ਇੱਕ ਮਿੰਟ, ਉਹੀ ਗੱਲ ਤੁਸੀਂ ਪਲੀਜ਼ ਅੰਡਰਸਟੈਂਡ ਕਰੋ, ਇੱਕ ਸਿਸਟਮ ਦੇ ਅਗੇਂਸਟ ਕਿਹੜਾ ਸਿਸਟਮ, ਪਾਲਿਸੀ ਮੇਕਿੰਗ ਦਾ ਸਿਸਟਮ, ਰੋਂਗ ਪਾਲਿਸੀ। ਗਾਂਧੀ ਜੀ ਨੇ ਇੰਨੇ ਸੰਘਰਸ਼ ਚਲਾਏ, ਉਹਨਾਂ ਦੇ ਟਾਈਮ ਵੀ ਲਾਲ ਕਿਲਾ ਇੱਥੇ ਹੀ ਸੀ, ਹਾਂਜੀ, ਉਹ ਤਾਂ ਕਦੀ ਲਾਲ ਕਿਲੇ ਤੇ ਨਹੀਂ ਚੜੇ।